ਸਤਿ ਸ੍ਰੀ ਅਕਾਲ ਤੇ ਕੁਵਾਰੀ ਪੇਰ ਤੋਂ ਆਦਾ ਸਾਰਿਆਂ ਦਾ ਸਾਡੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਅੱਜ ਦਿਨਾਂ ਕੁਝ ਖਾਸ ਕੱਲਾਂ ਲੈ ਕੇ ਪੰਜਾਬ ਨਾਲ ਜੁੜੀਆਂ ਦੇਸ਼ ਨਾਲ ਜੁੜੀਆਂ ਸਭ ਤੋਂ ਪਹਿਲੀ ਖਬਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਦਾ ਬਹੁਤ ਵੱਡਾ ਬਿਆਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਖਾਲਿਸਤਾਨ ਦੀ ਕੋਈ ਲਹਿਰ ਨਹੀਂ ਕੋਈ ਹਵਾ ਨਹੀਂ ਜਿਨੂੰ ਅੰਗਰੇਜ਼ੀ ਕਿਹਾ ਉਹਨਾਂ ਨੇ ਕਿ ਪੰਜਾਬ ਵਿੱਚ ਖਾਲਸਤਾਨ ਦੀ ਕੋਈ ਵੇਵ ਨਹੀਂ ਦੂਸਰੀ ਵੱਡੀ ਖਬਰ ਰਾਜਜੀਤ ਸਿੰਘ ਅਜੇ ਤੱਕ ਪੁਲਿਸ ਦੇਸ਼ ਕੰਜੀ ਤੋਂ ਬਾਹਰ ਕਿਉਂ ਤੀਸਰੀ ਵੱਡੀ ਖਬਰ ਪੰਜਾਬ ਦੇ ਐਕਟਿੰਗ ਡੀਜੀਪੀ ਨੇ ਇੱਕ ਰਿਪੋਰਟ ਕਠਕ ਤੌਰ ਤੇ ਮੁੱਖ ਮੰਤਰੀ ਨੂੰ ਦਿੱਤੀ ਆ ਦੀਨਾਬਿਤ ਇਹ ਕਿਹਾ ਗਿਆ ਕਿ ਪੁਰਾਣੇ ਡੀਜੀਜ਼ ਨੇ ਕਿਤੇ ਵੀ ਬੰਦੇ ਦੀ ਬਦਲੀ ਪੋਸਟਿੰਗ ਕਰਨ ਲਈ ਕੋਈ ਸਿਫਾਰਿਸ਼ ਨਹੀਂ ਕੀਤੀ।スメਤ ਸਿੰਘ ਸੈਣੀ ਨੇ ਇੱਕ ਵਾਰੀ ਅਖੌਤੀ ਤੌਰ ਤੇ ਲਿਖ ਕੇ ਨਹੀਂ ਜ਼ੁਬਾਨੀ ਤੌਰ ਤੇ ਸਿਫਾਰਿਸ਼ ਕੀਤੀ ਸੀ ਹੋਰ ਕਿਤੇ ਡੀਜੀਪੀ ਡੀਜੀਪੀ ਦਾ ਇੰਦਰਜੀਤ ਸਿੰਘ ਜਾਂ ਔਰ ਆਰਜੀਤ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਸਦੋਸਤੋ ਤਿੰਨੇ ਗੱਲਾਂ ਬੜੀਆਂ ਇੰਪੋਰਟੈਂਟ ਨੇ ਸਭ ਤੋਂ ਪਹਿਲਾਂ ਇੱਕ ਮਹੀਨੇ ਤੋਂ ਵੀ ਜ਼ਿਆਦਾ ਦਾ तकरीबन ਸਵਾ ਮਹੀਨਾ ਹੋਰ ਵਾਲਾ ਅਮਰਪਾਲ ਸਿੰਘ ਅੱਜ ਤੱਕ ਲਾਪਤਾ ਹੈ ਪੰਜਾਬ ਪੁਲਿਸ ਸਟੇਸ਼ਨ ਜੇ ਤੋਂ ਬਾਹਰ ਹਰਿਆਣਾ ਦਿੱਲੀ ਰਾਜਸਥਾਨ ਯੂਪੀ ਉੱਤਰਾਖੰਡ ਇਹਨਾਂ ਦੀਆਂ ਪੁਲਿਸ ਸਟੇਸ਼ਨ ਜੇ ਤੋਂ ਬਾਹਰ और उस तो हिंदुस्तान दारिया एजेंसियां आई बी रॉ एन आई ए सीबीआई और भी कई ने एस एस बी बी एस एफ हर जगह पोस्टर लाए गए भगौड़ा करार दिता गया और वांटेड के पोस्टर लगाए गए इनाम का भी घोषणा की गई पर अमृतपाल की कोई सूह नहीं क्यों सारिया एजेंसियां ਅੱਜ ਤੱਕ ਇੱਕ ਬੰਦੇ ਨੂੰ ਲੱਭਣ ਵਿੱਚ ਅਸਫਲ ਰਹੀਆਂ ਨੇ ਇਸੇ ਤਰ੍ਹਾਂ ਦੀ ਗੱਲ ਅੱਜ ਤੋਂ ਬੜੇ ਸਾਲ ਪਹਿਲਾਂ ਮੇਰਾਪਨ ਦੀ ਚੱਲਦੀ ਹੁੰਦੀ ਸੀ ਕਰਨਾਟਕਾ ਔਰ ਤਾਮਿਲਨਾਡੂ ਦੇ ਬਾਰਡਰ ਦੇ ਜੰਗਲਾਂ 'ਚ ਉਹ ਲੋਕ ਕੇ ਆਪਣਾ ਸੰਦਲ ਦੀ ਤਸਕਰੀ ਦਾ ਵਪਾਰ ਕਰਿਆ ਕਰਦਾ ਸੀ ਕਈ ਸਾਲਾਂ ਤੱਕ ਉਹ ਕਿਸੇ ਪੁਲਿਸ ਦੇ ਹੱਥ ਨਹੀਂ ਆਇਆ ਵਟੀਆਂ-ਵਟੀਆਂ ਆਰਮੀ ਟਾਈਪ ਆਪਰੇਸ਼ਨ ਵੀ ਕੀਤੇ ਗਏ ਪਰ ਮੇਰਾ ਪਨ ਕਿਤੇ ਦੇ ਹੱਥ ਨਹੀਂ ਸੀ ਲੱਗਦਾ ਕਿੱਥੇ ਗੁੰਮ ਹੋ ਜਾਂਦਾ ਸੀ ਕਿਹੜੀ ਹਵਾ ਚ ਮਿਲ ਜਾਂਦਾ ਸੀ ਕਿਹੜੀ ਜ਼ਮੀਨ ਦੇ ਖੱਡੇ ਚਲਾ ਜਾਂਦਾ ਸੀ ਜਾਂ ਕਿਹੜੇ ਪਾਣੀ ਚ ਰੁਕ ਜਾਂਦਾ ਸੀ ਕਿੱਥਿਆਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਇਹੋ ਜੀ ਗੱਲ ਹੈ ਕਿ ਅਮਰਪਾਲ ਸਿੰਘ ਨਾਲ ਹੋ ਰਹੀ ਹੈ ਹਾਈ ਕੋਰਟ ਨੂੰ ਕਹਿਣਾ ਪਿਆ 80000 ਲੋਕ ਲੱਭ ਰਹੇ ਨੇ ਬੰਦਾ ਫੜਿਆ ਨਹੀਂ ਕਿਹਾ ਪੂਰੇ ਪੰਜਾਬ ਨੂੰ ਕਈ ਦਿਨ ਘੇਰਾ ਪਾ ਕੇ ਰੱਖਿਆ ਗਿਆ ਸਾਰੇ ਵੱਡੇ ਗੁਰਦੁਆਰਾ ਸਹਿਬਾਨ ਘੇਰੇ ਗਏ ਛੋਟੇ ਪਿੰਡਾਂ ਕਸਬਿਆਂ ਦੇ ਗੁਰਦੁਆਰਿਆਂ ਨੂੰ ਘੇਰਾ ਪਾਇਆ ਗਿਆ ਕਿ ਸ਼ਾਇਦ ਅਮਰਪਾਲ ਸਿੰਘ ਕਿਤੇ ਨਾ ਕਿਤੇ ਗੁਰਦੁਆਰੇ ਵਿੱਚ ਆਪਣੀ ਠਾਰ ਲੈਣ ਜਾਵੇਗਾ ਉਤੋਂ ਅਸੀਂ ਉਹਨੂੰ ਫੜਾਂਗੇ ਲੇਕਿਨ ਅਜ ਸਵਾ ਮਹੀਨਾ ਹੋਣ ਤੱਕ ਵੀ ਉਸ ਬੰਦੇ ਦੀ ਕੋਈ ਸੂਣ ਨਹੀਂ ਨਾਲ ਤੇ ਸਾਰੇ ਭੜਦੇ ਉਸ ਦਾ ਖਾਸ ਆਦਮੀ ਪਪਲਪ੍ਰੀਤ ਸਿੰਘ ਜੋ ਉਹਦਾ ਸਲਾਹਕਾਰ ਗੁਰੂ ਉਹਦਾ ਉਹਨੂੰ ਅੱਗੇ ਲਿਆਉਣ ਵਾਲਾ ਬੰਦਾ ਉਹਦਾ ਹੈਂਡਲਰ ਉਹਦੇ ਹਰ ਰਾਹ ਦਾ ਸਾਥੀ ਉਹ ਵੀ ਫੜਿਆ ਗਿਆ ਲੇਕਿਨ ਅਮਰਪਾਲ ਸਿੰਘ ਨਹੀਂ ਫੜਿਆ ਗਿਆ ਜਾਂ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਉਹਨੂੰ ਫੜਿਆ ਉਹਨੂੰ ਫੜਨਾ ਹੀ ਨਹੀਂ ਚਾਹੁੰਦੇ ਜੋ ਅਮਰ ਸਾਹ ਦੇ ਬਿਆਨ ਤੇ ਅਗਲੀ ਗੱਲ ਸਾਹਮਣੇ ਆਉਂਦੀ ਹੈ ਉਹ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਜਦੋਂ ਕਿਸੇ ਨੇ ਪੁੱਛਿਆ ਉਸ ਸੰਮੇਲਨ ਵਿੱਚ ਦਿੱਲੀ ਤੇ ਟੈਲੀਵਿਜ਼ਨ ਦੀ ਚੈਨਲ ਦਾ ਕਨਕਲੇਵ ਚੱਲ ਰਿਹਾ ਕਰਨਾਟਕਾ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਉਸ ਵਾਰਸ ਤੇ ਦੌਰਾਨ ਕਿਸੇ ਨੇ ਸਵਾਲ ਪੁੱਛਿਆ ਕਿ ਅਮਰਪਾਲ ਸਿੰਘ ਅਜੇ ਤੱਕ ਫੜਿਆ ਕਿਉਂ ਨਹੀਂ ਗਿਆ ਅਮਿਤ ਸ਼ਾ ਦਾ ਬਹੁਤ ਵਧੀਆ ਜਵਾਬ ਸੀ ਕਹਿੰਦੇ ਕਈ ਵਾਰ ਦਾ ਕਿ ਬੰਦਾ ਫੜਿਆ ਨਹੀਂ ਜਾਂਦਾ ਪਰ ਪੰਜਾਬ ਪੁਲਿਸ ਨੇ ਔਰ ਪੰਜਾਬ ਸਰਕਾਰ ਨੇ ਬਹੁਤ ੱਗਾ ਕੰਮ ਕੀਤਾ ਉਸ ਦੀਆਂ ਐਕਟੀਵਿਟੀਜ਼ ਤੇ ਰੋਕ ਲੱਗ ਗਈ ਜੇ ਉਹ ਭੱਜਿਆ ਨਾ ਹੁੰਦਾ ਭਗੌੜਾ ਨਾ ਹੁੰਦਾ ਮਤਲਬ ਫੀਲਡ ਚੋਂ ਗੈਰ ਹਾਜ਼ਰ ਨਾ ਹੁੰਦਾ ਤਾਂ ਉਹਨੀਆਂ ਪ੍ਰੋ ਖਾਲਿਸਤਾਨ ਐਕਟੀਵਿਟੀਜ਼ ਜਾਰੀ ਰਹਿਣੀ ਆਤੀ ਹੁਣ ਜਦੋਂ ਕਿ ਉਹ ਭੱਜਿਆ ਹੋਇਆ ਬਾਹਰ ਨਹੀਂ ਨਿਕਲ ਲਿਆ ਤਾਂ ਉਹਦੀਆਂ ਸਾਰੀਆਂ ਐਕਟੀਵਿਟੀਆਂ ਬੰਦ ਨੇ ਇਹ ਇੱਕ ਏਜੰਸੀ ਦੀ ਬੜੀ ਪੁਰਾਣੀ ਆ ਇੱਕ ਸਟ੍ਰੈਟਜੀ ਇਹ ਜੋ ਸਟ੍ਰੈਟਜੀ ਮੁੰਬਈ ਤੇ ਕਸਟਮ ਦੇ ਬਹੁਤ ਵੱਡੇ ਅਫਸਰ ਹੋਇਆ ਕਰਦੇ ਸੀਦਾ ਅਸਰ ਕਰਦਾ ਉਹ ਕਹਿੰਦੇ ਕਿਤੇ ਸਮਗਲਰ ਨੂੰ ਫੜਨ ਦੀ ਕੋਈ ਲੋੜ ਨਹੀਂ ਤੇ ਜੇ ਸਮਗਲਰ ਨੂੰ ਫੜੋਗੇ ਇਕਨੋਮਿਕ ਆਫ ਅਫੈਂਸ ਦਾ ਕਤਲ ਖੂਨ ਕਰਾਬਾ ਇਹੋ ਜਿਹਾ ਕੇਸ ਤਾਂ ਹੈ ਨਹੀਂ ਅੱਜ ਉਹਨੂੰ ਪਕੜ ਕੇ ਬੰਦ ਕਰੋਗੇ ਦੋ ਦਿਨ ਚ ਉਹਦੀ ਬੇਲ ਹੋ ਜਾਣੀ ਆ ਬੇਲ ਕਰਾ ਕੇ ਬਾਹਰ ਆ ਕੇ ਫੇਰ ਛਡਾਓ ਕਿ ਤਰੂਗਾ ਸਾਨੂੰ ਵੀ ਚੈਲੰਜ ਕਰੂਗਾ ਕਿ ਤੁਸੀਂ ਮੇਰਾ ਕੀ ਵਿਗਾੜ ਲਿਆ ਹਸਤਰਾ ਨੇ ਫੜਿਆ ਸੀ ਮਰੀਤ ਜਮਾਨਤ ਹੋ ਗਈ ਔਰ ਉਹਦੇ ਗਰੁੱਪ ਤੇ ਉਹਦੇ ਇਹ ਸਮਗਲਿੰਗ ਦੇ ਸਾਥਹੀ ਆ ਸੋ ਕਾਰ ਜਿਹੜੀ ਸਮਗਲਿੰਗ ਡੋਮੇਨ ਹੁੰਦੀ ਹੈ ਉੱਥੇ ਉਹਦੀ ਇੱਜ਼ਤ ਹੋਰ ਵੱਧ ਜਾਂਦੀ ਹੈ ਇਹ ਕੋਈ ਇੰਨਾ ਵੱਡਾ ਆਦਮੀ ਸਾਡਾ ਸਰਗਣਾ ਇਹ ਨੂੰ ਤਾਂ ਸਰਕਾਰ ਦੋ ਦਿਨ ਨਹੀਂ ਅੰਦਰ ਰੱਖ ਸਕੀ ਇਹ ਇਸ ਕਰਕੇ ਸਰਕਾਰ ਨੇ ਕਸਟਮ ਐਕਟ ਤੇ ਕਾਫੀ ਪੋਸਟ ਟੈਕਟ ਲਿਆਂਦਾ ਕਨ ਸਰਵੇਸ਼ਨ ਆਫ ਫੋਰਨ ਐਕਸਚੇਂਜ ਐਂਡ ਸਮਗਲਿੰਗ ਐਕਟੀਵਿਟੀਜ਼ ਐਕਟ ਉਹਦੇ ਵਿੱਚ ਡਿਟੈਂਸ਼ਨ ਹੁੰਦੀ ਸੀ ਇਹੋ ਜਿਹੜੇ ਹੈਬਿਚੁਅਲ ਸਮਗਲਰ ਹੁੰਦੇ ਸੀ ਹੈਬਿਚੁਅਲ ਆਫੈਂਡਰ ਹੁੰਦੇ ਸੀ ਬਾਰ ਬਾਰ ਫੜਨ ਤੋਂ ਬਾਅਦ ਵੀ ਸਮਗਲਿੰਗ ਬੰਦ ਨਹੀਂ ਸੀ ਕਰਦੇ ਉਹਨਾਂ ਨੂੰ ਫਿਰ ਕਾਫੀ ਪੋਸਾ ਦੇ ਥੱਲੇ ਡਿਟੇਨ ਕਰ ਦਿੱਤਾ ਜਾਂਦਾ ਸੀ ਉਹ ਫਿਰ ਇੱਕ ਸਾਲ ਤੱਕ ਉਹਨਾਂ ਦੀਆਂ ਐਕਟੀਵਿਟੀਜ਼ ਬੰਦ ਹੋ ਜਾਂਦੀਆਂ ਸੀ ਡਿਟੈਂਸ਼ਨ ਦੇ ਥੱਲੇ ਔਰ ਉਹ ਡਿਟੈਂਸ਼ਨ ਜਿਹੜੀ ਆ ਉਹ ਇੱਕ ਐਡਵਾਈਜ਼ਰੀ ਬੋਰਡ ਕੋਲੇ ਜਾਂਦੀ ਸੀ ਇਹ ਐਡਵਾਈਜ਼ਰੀ ਬੋਰਡ ਨੇ ਨਹੀਂ ਛੱਡਿਆ ਤਾਂ ਉਹ ਲੋਕ ਹਾਈ ਕੋਰਟ ਮੂਵ ਕਰ ਸਕਦੇ ਸੀ لیکن جت تک کو کیسا ਨਹੀਂ پیشیاں ਹੁੰਦੀਆਂ او ਕੋਈ ਫੈਸਲਾ ਹੋਣਾ ਹੁੰਦਾ ਸੀ ਉਦੋਂ ਤੱਕ ਇੱਕ ਸਾਲ ਪੂਰਾ ਹੋ ਜਾਂਦਾ ਸੀ ਤੇ ਸਮਗਲਰ ਸਾਹਿਬ ਨੂੰ ਉਹ ਸਾਲ ਜੇਲ੍ਹ ਚ ਕਠਣਾ ਪੈਂਦਾ ਸੀ خیر ਉਹੇ ਦੇ ਹਾਲਾਤ ਅਮਰਪਾਲ ਨਾਲ ਵੀ ਹੋਏ ਕਿਉਂਕਿ ਜਦੋਂ ਕੋਈ ਇਹੋ ਜਿਹਾ ਮਜ਼ਬੂਤ ਕੇਸ ਉਹਦੇ ਖਿਲਾਫ ਨਹੀਂ ਸੀ ਜਿਹੜੇ ਕੇਸ ਦੇ ਬਤੌਰ ਉਹਨੂੰ ਜ਼ਮਾਨਤ ਨਾ ਮਿਲਦੀ ਜਿਹੜਾ ਅੰਮ੍ਰਿਤਸਰ ਵਾਲੇ ਕੇਸ ਹੋਏ ਅਨਾਰਾ ਪੁਲਿਸ ਸਟੇਸ਼ਨ ਦਾ ਕੇਸ ਹੋਇਆ ਉਹ 8-10 ਦਿਨ 15 ਦਿਨ 20 ਦਿਨ ਮਹੀਨੇ ਬਾਅਦ ਤਾਂ ਜ਼ਮਾਨਤ ਹੋਣੀ ਸੀ ਜ਼ਮਾਨਤ ਹੋਣ ਤੋਂ ਬਾਅਦ ਫੇਰ ਅਬਰਪਾਲ ਸਿੰਘ ਨੇ ਹੀਰੋ ਬਣਨਾ ਸੀ ਫੇਰ ਲੋਕਾਂ ਦੀ ਮਹੀਰ ਉਹਦੇ ਨਾਲ ਜੁੜ ਪੈਣੀ ਸੀ ਵਹੀਰ ਜੁੜ ਪੈਣੀ ਸੀ ਲੋਕਾਂ ਤੋਂ ਦਾ ਰਤਬਾ ਵੱਧ ਜਾਣਾ ਸੀ ਤੋਂ ਇਹਨਾਂ ਸਾਰੇ ਕਾਨੂੰਨੀ ਜਗਣਾ ਤੋਂ ਬਚਣ ਲਈ ਕਸਟਮ ਦੇ ਕਾਫੀ ਪੋਸਾ ਐਕਟ ਮਾਰ ਐਂਟੈਂਸ ਇਹ ਲਗਾਇਆ ਗਿਆ ਇਨਵੋਕ ਕੀਤਾ ਗਿਆ ਬੜੇ ਸਾਲਾਂ ਬਾਅਦ ਪੰਜਾਬ ਖਾਸ ਤੌਰ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਦੇਖਿਆ ਪੰਜਾਬ ਨੂੰ ਕਿਤੇ ਜਦੋਂ ਅਤਵਾਦ ਦਾ ਜ਼ੋਰ ਸੀ ਜਦੋਂ ਬਹੁਤ ਵੱਡੇ ਲੈਵਲ ਤੇ ਇਹੋ ਜੀਆਂ ਹਰਕਤਾਂ ਹੋ ਰਹੀਆਂ ਸੀ ਉਦੋਂ ਕਿਸੇ ਬੰਦੇ ਨੂੰ ਐਨਐਸਏ ਦੇ ਥੱਲੇ ਡਿਟੇਨ ਕੀਤਾ ਹੋਵੇ ਨਹੀਂ ਕੀਤਾ ਗਿਆ ਇਹਨਾਂ ਖੂਨੋ ਦਾ ਇਨਾ ਖੂਨ ਖਰਾਬਾ ਹੋਇਆ ਡੈਸ਼ਟ ਹੋਈ ਕਤਲੋਗਾਰਡ ਹੋਈ ਲੇਕਿਨ ਕਿਸੇ ਤੇ ਐਡੈਕਸ ਨਹੀਂ ਲਗਾਇਆ ਗਿਆ ਉਹਨਾਂ ਨੂੰ ਜਿਹੜਾ ਐਗਜ਼ਿਸਟਿੰਗ ਕਾਨੂੰਨ ਨੇ ਜਿਹੜੇ ਸੀਆਰਪੀਸੀ ਆਈਪੀਸੀ ਉਹਦੇ ਤਹਿਤ ਹੀ ਸਾਰਿਆਂ ਤੇ ਕੇਸ ਚੱਲੇ ਐਨਐਸਏ ਸ਼ਾਇਦ ਇੱਕ ਅੱਧੀ ਵਾਰੀ ਕਿਸੇ ਤੇ ਲੱਗਿਆ ਹੋਊਗਾ ਪਤਾ ਨਹੀਂ ਨਹੀਂ ਤਾਂ ਸਜਿਸ਼ਨ ਚਾਰਜ ਲੱਗ ਜਾਂਦੇ ਸੀ ਜਿਵੇਂ ਸਿਮਰਤ ਸਿੰਘ ਮਾਨ ਤੇ ਬੜੇ ਕੇਸ ਪੜਾਏ ਗਏ ਦੇਸ਼ ਰੋਧਾ ਕੇਸ ਉਹ ਸਾਰੇ ਤੋਂ ਬਰੀ ਹੋ ਗਿਆ ਲੈਕਨ ਐਨਐਸਐਲ ਲਗਾਉਣ ਦਾ ਪਰਪਸ ਇਹੀ ਸੀ ਕਿ ਅਮਰਪਾਲ ਸਿੰਘ ਔਰ ਉਹਦੇ ਸਾਥੀਆਂ ਨੂੰ ਘਟੋ-ਘਟ ਇੱਕ ਸਾਲ ਲਈ ਇਹ ਮੋਬਿਲਾਈਜ਼ ਕਰ ਦਿੱਤਾ ਜਾਵੇ ਉਹਦੀ ਕੋ ਅਪੀਲ ਲਈਏ ਉਹਦੇ ਤਾਂ ਇੱਕ ਵਾਰੀ ਰਿਟੈਂਸ਼ਨ ਹੋ ਗਈ ਤਾਂ ਉਹ ਹਾਈ ਕੋਰਟ ਵੀ ਨਹੀਂ ਛੱਡ ਸਕਦਾ ਇਹ ਇੱਕ ਉਸ ਕਾਨੂੰਨ ਦੀ ਇੱਕ ਸ਼ਰਤ ਹੈ ਉਹਦੇ ਤੇ ਬੰਦਸ਼ਾਂ ਬੜੀਆਂ ਨੇ ਬੜਾ ਲੰਬਾ ਚੌੜਾ ਇੱਕ ਪ੍ਰੋਸੈਸ ਹੈ ਹੁਣ اگر امرت پال سنگ ڈیٹین ہو جاتا پڑھیا ਜਾਂਦਾ تو نے 1 ਸਾਲ ਅੰਦਰ ਰਹਿਣਾ ਹੁੰਦਾ ਹੁਣ ਵੀ ਜਦੋਂ ਪੜਿਆ ਜਾਊਗਾ 1 ਸਾਲ ڈیٹین سے ਜਾਣਾ ਅਨਲੈਸ ਕੋਈ ਵੱਡੇ ਲੈਵਲ ਤੇ ਕੋਈ ਡੀਲ ਹੋ ਜਾਵੇ ਕਿ ਚਲੋ ਅਮਰਤ پال ਸਿੰਘ ਨੂੰ ڈیٹین ਨਹੀਂ ਕਰਦੇ ਇਹ ਆਪਣਾ ਰਸਤਾ ਛੱਡਦੇ ਵੀ ਕੋਈ ਇਹੋ ਜਿਹਾ ਰਾਹ ਨਿਕਲ ਆਵੇ ਵਕੀਲਾਂ ਦੀ ਮਰਜ਼ੀ ਨਾਲ ਕੌਮ ਦੇ ਲੀਡਰਾਂ ਨਾਲ politically ਕਿਤੇ ਨਾ ਕਿਤੇ ਸਾਰਿਆਂ ਦਾ ਪੋਲੀਟੀ ਐਂਗਲ ਪੋਲੀਟੀਕਲ ਐਂਗਲ ਤੋਂ ਹੁੰਦਾ ਹੀ ਆ ਜਦੋਂ ਕਿਤੇ ਕਿਸੇ ਨੂੰ ਐਂਗਲ ਸੂਟ ਕਰਦਾ ਨਜ਼ਰ ਆਇਆ ਹੋ ਸਕਦਾ ਕਿ ਕਿਉਂਕਿ ਵਿਚ ਵਿਚਾਲੇ ਦਾ ਰਸਤਾ ਕੱਢ ਲੈਣ ਸ਼ਾਇਦ ਉਹਦੀਆਂ ਕੋਸ਼ਿਸ਼ਾਂ ਚੱਲ ਵੀ ਰਹੀਆਂ ਹੋਣ ਗਿਆਏ ਵੀ ਨਹੀਂ ਪਤਾ ਪਰ ਜਦੋਂ ਤੱਕ ਬੰਦਾ ਭੱਜਿਆ ਹੋਇਆ ਉਹ ਆਪਣਾ ਕੰਮ ਨਹੀਂ ਕਰ ਸਕਦਾ ਜਿਹੜਾ ਕੰਮ ਅਮਰਪਾਲ ਨੇ ਸ਼ੁਰੂ ਕੀਤਾ ਸੀ ਖਾਸ ਤਾ ਵਹੀਰ ਦਾ ਉਹ ਰੁਕ ਗਈ ਅਮਰਤ ਪ੍ਰਚਾਰ ਉਹ ਰੁਕ ਗਿਆ ਲੋਕਾਂ ਨਾਲ رابطہ ਰੁਕ ਗਿਆ ਨਾਲ ਬਾਡੀਗਾਰਡ ਲੈ ਕੇ ਚੱਲਣਾ ਇੰਨੀਆਂ ਵੱਡੀਆਂ ਵੱਡੀਆਂ ਕਾਰਾਂ ਦਾ ਕਾਰਵਾ ਲੈ ਕੇ ਚੱਲਣਾ ਉਹ ਬੰਦ ਹੋ ਗਿਆ ਅੱਗੇ ਅਰੰਡਰ ਦੀ ਇਲੈਕਸ਼ਨ ਆ ਗਈ ਲੋਕਾਂ ਦਾ ਧਿਆਨ ਉਧਰ ਨੂੰ ਹੋ ਗਿਆ ਹੌਲੀ ਹੌਲੀ ਪਬਲਿਕ ਮੈਮਰੀ ਚ ਉਹ ਸਾਰਾ ਕੁਝ ਵਿਸਰਦਾ ਜਾਂਦਾ ਜਿਹੜਾ ਇੱਕ ਸਰਕਾਰ ਦੀ ਲੰਬੀ ਚੌੜੀ ਸਟ੍ਰੈਟਜੀ ਵੀ ਹੁੰਦੀ ਹੈ ਕਿ ਜਿਉਂ ਜਿਉਂ ਸਮਾਂ ਲੱਗੂਗਾ ਜਿਦੋਂ ਟਾਈਮ ਪਾਸ ਹੁੰਦਾ ਜਾਊਗਾ ਅਮਰਪਾਲ ਸਿੰਘ ਆਪਣੀ ਵਕਤ ਜਿਹੜੀ ਹੈ ਉਹ ਲੂਜ਼ ਕਰਦਾ ਜਾਊਗਾ ਗਵਾਦਾ ਜਾਊਗਾ ਇਹ ਸਰਕਾਰ ਦੀ ਸੋਚ ਨਹੀਂ ਹੋ ਸਕਦੀ ਲੋਕਾਂ ਦੀ ਪਾਵੇਂ ਨਾ ਹੋਵੇ ਲੇਕਿਨ ਕਿਉਂਕਿ ਕੋਈ ਵੀ ਇਹ ਹਜਾਰ ਜਾਂ ਤੱਕ ਕੋਈ ਵੀ ਜਨਤਕ ਵਿਰੋਧ ਨਹੀਂ ਹੋਇਆ ਜੇ ਤੱਕ ਕਿ ਅਮਰਪਾਲ ਤੇ ਇਹ ਅਕਸ਼ਨ ਕਿਉਂ ਹੋ ਰਿਹਾ ਹਾ ਇਤੇ ਵੀ ਸ਼ਬਾ ਸੋਸਾਇਟੀ ਕੋਈ ਉਹਦੇ ਸ਼ਰਧਾਲੂ ਜੇ ਉਹਨੂੰ ਲੱਗਦਾ ਕਿ ਮੇਰੇ ਬੜੇ ਸ਼ਰਧਾਲੂ ਨੇ ਕੋਈ ਸ਼ਰਧਾਲੂਆਂ ਨੇ ਕਿਤੇ ਕਿਸਮ ਦਾ ਕੋਈ ਵੀ ਇਹੋ ਜਿਹਾ ਐਕਸ਼ਨ ਨਹੀਂ ਅਜੇ ਤੱਕ ਲਿਆ ਜਦੋਂ ਸਰਕਾਰ ਨੂੰ ਤੇ ਲੋਕਾਂ ਨੂੰ ਪਤਾ ਲੱਗੇ ਕਿ ਐਨੇ ਲੋਕ ਅਮਰਪਾਲ ਸਿੰਘ ਨਾਲ ਖੜੇ ਨੇ ਇਹ ਇੱਕ ਸਰਕਾਰ ਦੀ ਜਿਵੇਂ ਪਹਿਲਾਂ ਕਿਸੀ ਸਟੈਪ ਕੀ ਹੁੰਦੀ ਜਦੋਂ ਆਦਮੀ ਦਾ ਕਿਸੇ ਨਾਲ ਟੱਚ ਹੀ ਨਹੀਂ ਹੈ ਉਹ ਕਿਵੇਂ ਆਪਣਾ ਸਟੈਂਡ ਲੋਕਾਂ ਤੱਕ ਪਹੁੰਚਾਵੇ ਸ਼ੁਰੂ-ਸ਼ੁਰੂ ਤੋਂ ਨੇ 2-3 ਆਡੀਓ ਫਿਰ ਵੀਡੀਓ ਉਹ ਜਾਰੀ ਕੀਤੀਆਂ ਲੇਕਿਨ ਉਹਨਾਂ ਦਾ ਵੀ ਕੁਅਤ ਕਰਨੀ ਹੋਇਆ ਹੁਣ ਉਹਨੇ ਉਹ ਵੀ ਬੰਦ ਕਰ ਦਿੱਤੀਆਂ ਫੇਰ ਕਿਤੇ ਨਾ ਕਿਤੇ ਮੂਮੈਂਟ ਜਦੋਂ ਸੀ ਆਪਣਾ ਪ੍ਰੇਤ ਨਾਲ ਸੀ ਖੇਤਰ ਤੋਂ ਪਟਿਆਲਾ ਪਟਿਆਲਾ ਤੋਂ ਦਿੱਲੀ ਇਸ ਤਰ੍ਹਾਂ ਜੋ ਉਹ ਸੀਸੀਟੀਵੀ ਕੈਮਰਾ ਚ ਆਈਆਂ ਹੁਣ ਉਹ ਵੀ ਆਉਣੀਆਂ ਬੰਦ ਹੋ ਗਈਆਂ ਅੱਛਾ ਆਈਆਂ ਵੀ ਉਹ ਹੁਣ ਗਿਆ ਕਿਤੇ ਦਾ ਸਰਕਾਰ ਨੇ ਨਸ਼ਰ ਨਹੀਂ ਕੀਤੀਆਂ ਕਿਉਂਕਿ ਪਹਿਲਾਂ ਤਾਂ ਉਹ ਸਰਕਾਰ ਕੋਲ ਹੀ ਪਹੁੰਚਦੀਆਂ ਨੇ ਸਰਕਾਰੀ ਧਾਰਿਆਂ ਕੋਲੇ ਉਸ ਤੋਂ ਬਾਅਦ ਮੀਡੀਆ ਤੇ ਜਾਂਦੀਆਂ ਉਹ ਰੋਕ ਦਿੱਤੀਆਂ ਗਈਆਂ ਖਬਰਾਂ ਆਉਣੀਆਂ ਬੰਦ ਹੋ ਗਈਆਂ ਮੀਡੀਆ ਤੇ ਚਰਚਾ ਬੰਦ ਹੋ ਗਿਆ ਜਿਹੜਾ ਸੋ ਕਾਲਡ ਗੋਦੀ ਮੀਡੀਆ ਉਹਨੇ ਗੱਲ ਕਰਨੀ ਛੱਡ ਦਿੱਤੀ ਲੇਕਿਨ ਜੋ ਇੱਕ ਨਰੇਟਿਵ ਕ੍ਰੀਏਟ ਹੋ ਚੁੱਕਾ ਸੀ ਖਾਲਸਤਾਨ 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 ਅਮਰਪਾਲ ਤੋਂ ਖਾਲਸਤਾਨੀ 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 ਕਿਸਾਨ ਖਾਲਸਤਾਨੀ ਸਿੱਖ ਖਾਲਸਤਾਨੀ ਇਸ ਕਿਸਮ ਦਾ ਜੋ ਇੱਕ ਸੋਸ਼ਲ ਮੀਡੀਆ ਦੇ ਇੱਕ ਉਹਨਾਂ ਲੋਕਾਂ ਵੱਲੋਂ ਪ੍ਰਚਾਰ ਸ਼ੁਰੂ ਹੋਇਆ ਸੀ ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਲਈ ਉਹ ਇੱਕ ਸਾਜਿਸ਼ ਸੀ ਜਾਂ ਟੀਆਰਪੀ ਲੈਣ ਦਾ ਇੱਕ ਸਾਧਨ ਇਹ ਇਹਦਾ ਫੈਸਲਾ ਸਰਕਾਰ ਨੂੰ ਕਰਨਾ ਚਾਹੀਦਾ ਸੀ ਲੇਕਿਨ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਕਿ ਜਿਹੜੀ ਵੀ ਕੋਈ ਖਬਰ ਕਮਿਊਨਲ ਸੰਪਰਦਾਇਕਤਾ ਦੀ ਇਕਤਾ ਭਾਈਚਾਰੇ ਨੂੰ ਤੋੜਦੀ ਹੈ ਹੇਟ ਸਪੀਚ ਹੁੰਦੀ ਹੈ ਜਦੋਂ ਤੁਸੀਂ ਕਿਤੇ ਬੰਦੇ ਨੂੰ ਖਾਲਸਤਾਨੀ ਕਹਿ ਦਿੰਦੇ ਹੋ ਜਿਸ ਦਾ ਕੋ ਖਾਲਸਤਾਨ ਲੈਣਾ ਦੇਣਾ ਨਹੀਂ ਹੈ ਇਹ ਹੇਟ ਸਪੀਚ ਹੈ ਸਪੀਚ ਹੈ ਤੁਸੀਂ ਉਸ ਬੰਦੇ ਨੂੰ ਨਫ਼ਰਤ ਕਰ ਰਹੇ ਹੋ ਇਸ ਕਰਕੇ ਤੁਸੀਂ ਉਹਨੂੰ ਹਾਲ ਤਾਨੀ ਬ੍ਰਾਇਡ ਕਰ ਰਹੇ ਹੋ ਲੇਕਿਨ ਅਜ ਤੱਕ ਇੱਕ ਵੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਹਾਲਾਂਕਿ ਸੁਪਰੀਮ ਕੋਰਟ ਨੇ ਹਰ ਪੁਲਿਸ ਸਟੇਸ਼ਨ ਦੇ थाना प्रभारी ਨੂੰ ਇਹ ਤਾਕਤ ਦਿੱਤੀ ਹੋਈ ਹੈ ਕਿ ਜੇ ਕੋਈ ਸ਼ਿਕਾਇਤ ਕਰਤਾ ਨਹੀਂ ਵੀ ਹੈ ਤੁਸੀਂ ਆਪਣੇ ਲੈਵਲ ਤੇ ਇਹੋ ਜੀਆਂ ਸਪੀਚਸ ਤੇ ਕਾਰਵਾਈ ਕਰ ਸਕਦੇ ਹੋ ਲੇਕਿਨ ਅਜੇ ਤੱਕ ਕੁਝ ਨਹੀਂ ਹੋਇਆ ਨਾ ਸਾਡੀਆਂ ਜਥੇਬੰਦੀਆਂ ਨੇ ਕੋਈ ਇਹੋ ਜਿਹਾ ਐਕਸ਼ਨ ਲਿਆ ਕਿ ਉਸ ਹੈਪੀਪੀ ਦੀਆਂ ਗਾਈਡਲਾਈਨ ਦੇ ਥੱਲੇ ਮੁਕਾਦਮੇ ਦਰਜ ਕੀਤੇ ਜਾਂਦੇ ਕਿਸੇ ਨੇ ਨਹੀਂ ਕੀਤੇ ਸਭ ਚੁੱਪ ਕਰਕੇ ਦੇਖਦੇ ਰਹੇ ਸੋਸ਼ਲ ਮੀਡੀਆ ਤੇ ਸਵਾਲ ਜਵਾਬ ਕਰੀ ਜਾਂਦੇ ਆ ਆਪਸ ਚ ਲੜੀ ਜਾਂਦੇ ਆ ਗਾਲੀ ਗਲੋਚ ਹੋਈ ਜਾਂਦੇ ਆ ਆਪਣੀ ਭਾਸ਼ਾ ਤੇ ਕੰਟਰੋਲ ਨਹੀਂ ਰੱਖਦੇ ਔਰ ਇੱਕ ਇੱਕ ਕਰਕੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੀਆਂ ਚੈਨਲ ਸੋਸ਼ਲ ਮੀਡੀਆ ਦੇ ਗਰੁੱਪਸ ਸਰਕਾਰ ਨੇ ਬੈਨ ਕਰਤੇ ਕਟੂਕਾ कर। WhatsApp ਤੇ ਹੀ ਪੂਰੇ ਦੇਸ਼ ਚ ਲੱਖਾਂ ਅਕਾਊਂਟ ਗਰੁੱਪਸ ਦੇ ਬੰਦ ਕਰ ਦਿੱਤੇ ਗਏ ਨੇ ਕੁਝ ਟੀਵੀ ਚੈਨਲ ਜਿਹੜੀਆਂ ਪ੍ਰਾਈਵੇਟ ਚੱਲਦੀਆਂ ਸੀਗੀਆਂ ਉਹ ਬੈਨ ਕਰ ਦਿੱਤੀਆਂ ਗਈਆਂ YouTube ਤੇ ਚੱਲਦੀਆਂ ਸੀ ਜੜੀਆਂ ਬੰਦ ਹੋ ਗਈਆਂ ਲੇਕਿਨ ਪ੍ਰਚਾਰ ਅਜੇ ਵੀ ਜਿਹੜਾ ਵਿਕਾਊ ਮੀਡੀਆ ਵੱਲੋਂ ਕੀਤਾ ਜਾਂਦਾ ਉਹ ਅਜੇ ਵੀ ਚੱਲੂ ਹੈ ਲੇਕਿਨ ਕੋਈ ਐਕਸ਼ਨ ਨਹੀਂ ਜਿਹੜੀਆਂ ਵੱਡੀਆਂ ਚੈਨਲ ਨੇ ਨੈਸ਼ਨਲ ਚੈਨਲਸ ਨੇ ਝੂਠਾ ਪ੍ਰਚਾਰ ਕੀਤਾ ਕਿ ਪੰਜਾਬ 'ਚ ਖਾਲਿਸਤਾਨ ਜ਼ਰੂਰ ਖਾਲਿਸਤਾਨ ਦੀ ਲਹਿਰ ਫਲਾਣਾ ਅਤੇ ਪੰਕਾ ਇਹ ਖਾਲਿਸਤਾਨ ਬਣ ਕੇ ਰਹਿ ਜੋ ਉਹ ساری ਬਕਵਾਸ ਬਾਜ਼ੀ ਤੇ ਸਰਕਾਰ ਨੇ ਕੋਈ ਐਕਸ਼ਨ ਲਿਆ ਨਹੀਂ ਲਿਆ ਇਸ ਕਰਕੇ ਆਟੀਟੂਡੋ ਦੇਸ਼ ਦੇ ਹੋਮ ਮਿਨਿਸਟਰੀ ਕਹਿ ਰਹੀ ਹੈ ਕਿ ਪੰਜਾਬ 'ਚ ਕੋਈ ਖਾਲਿਸਤਾਨ ਦੀ ਲਹਿਰ ਨਹੀਂ ਹਵਾ ਨਹੀਂ ਉਹਨਾਂ ਦਾ ਕਹਿਣ ਦਾ ਇਸ਼ਾਰਾ ਸੀ ਕਿ ਅਮਰਪਾਲ ਸੀ ਜਿਹੜਾ ਕੋ ਮਾੜੀ ਮੋਟੀ ਗੱਲ ਕਰ ਰਿਹਾ ਸੀ ਉਹ ਹੁਣ ਭੱਜਿਆ ਹੋਇਆ ਉਹ ਨਹੀਂ ਕਰ ਰਿਹਾ ਇਹਸ ਕਰਕੇ ਉਹਦਾ ਕੰਮ ਜਿਹੜਾ ਉਹ ਵੀ ਮੁੱਕਿਆ ਹੋਇਆ ਸਮਝੋ ਤੇ ਇਹਨੂੰ ਕਿਵੇਂ ਲਾਉਂਗੇ ਤੁਸੀਂ ਆਪੇ ਸੋਚੋ ਕੀ ਇਹ ਸਾਰਾ ਹੁਆ ਕ੍ਰੀਏਟ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਤਾਂ ਠੀਕ ਠਾਕ ਹੈ ਤੇ ਹੁਣ ਸ਼ਾਂਤ ਹੋ ਕੇ ਬੈਠ ਕੇ ਹੁਣ ਕੋਸ਼ਿਸ਼ ਇਹ ਹੋਏਗੀ ਕਿ ਅਮਰਪਾਲ ਸਿੰਘ ਥੱਕ ਟੁੱਟ ਕੇ ਭੱਜ ਨਾਟ ਕੇ ਆਪ ਹੀ ਦੁਖੀ ਹੋ ਕੇ ਆਪਣਾ ਆਪਣਾ ਹਵਾਲੇ ਕਰ ਦੇਵੇ ਆਰਨ ਨੂੰ ਇਹ ਫੜਨਗੇ ਫਿਰ ਲੋਕਾਂ ਚ ਕਿਤੇ ਨਾ ਕਿਤੇ ਸੈਂਪਟੀ ਵੇਵ ਜਾਗ ਜਾਂਦੀ ਹੈ ਇਸ ਕਰਕੇ ਨਹੀਂ ਕਿ ਉਹ ਖਾਲਸਤਾਨੀ ਨਹੀਂ ਨੇ ਇਸ ਕਰਕੇ ਨਹੀਂ ਕਿ ਉਹ ਅਮਰਪਾਲ ਦੇ ਸਹਿਯੋਗੀ ਨਹੀਂ ਇਸ ਕਰਕੇ ਨਹੀਂ ਕਿ ਉਹ ਅਮਰਪਾਲ ਦੇ ਫਾਰਵਰਡ ਨਹੀਂ ਤੇਰ ਕਈ ਵਾਰੀ ਹੁੰਦਾ ਕਿ ਇੱਕ ਬੰਦਾ ਜਿਹਨੇ ਕੋਈ ਬਹੁਤ ਸੀਰੀਅਸ ਕ੍ਰਾਈਮ ਤੋਂ ਉਹ ਕੀਤਾ ਨਹੀਂ ਉਹਨੂੰ ਤੁਸੀਂ ਫੜ ਲਿਆ ਹੱਥ ਕੜੀ ਲਾ ਕੇ ਜਾ ਰਹੇ ਹੋ ਲੈ ਜਾ ਰਹੇ ਹੋ ਕਿਤੇ ਨਾ ਕਿਤੇ ਵੇਵ ਚਾਲੂ ਪੈਂਦੀ ਹੈ ਸੈਂਪ ਕੀ ਹੋਏ ਉਹਦਾ ਬਹੁਤਾਂ ਨੁਕਸਾਨ ਦੇਣ ਦਾ ਥੋੜਾ ਜਿਹਾ ਲੋਕ 2-4 ਦਿਨ ਗੱਲਾਂ ਬਾਤਾਂ ਕਰਦੇ ਆ ਫੇਰ ਭੁੱਲ ਜਾਂਦੇ ਆ ਸਰ ਅਗਲੀ ਗੱਲ ਰਾਜਜੀਤ ਸਿੰਘ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਕੇਸ ਰਜਿਸਟਰ ਹੋ ਗਿਆ ચીਫ ਮਿਨਿਸਟਰ ਨੇ ਆਰਡਰ ਦਿੱਤੇ ਹੈ ਵਿਜੀਲੈਂਸ ਬ੍ਰਾਂਚ ਜਿਹੜਾ ਵਿਭਾਗ ਹੈ ਉਹਦੀ ਇਨਕੁਆਇਰੀ ਕਰ ਰਿਹਾ ਲੇਕਿਨ ਰਾਜਜੀਤ ਸਿੰਘ ਬੋਲਦਾ ਇੱਕ ਸਾਹਬ ਕਾ एजी लेवलड ऑफिसर ऑफिसर ਕਿੱਥੇ ਹਵਾਟੇ ਕਮ ਹੋ ਸਕਦਾ ਕੀ ਤੁਹਾਨੂੰ ਪਹਿਲਾਂ ਇਹ ਨਹੀਂ ਜੀ ਪਤਾ ਕਿ ਇਹ ਆਰਮੀ ਨੂੰ ਅਸੀਂ ਤੋਂ ਡਿਸਪਲਸ ਕਰਾ ਗਏ ਇਹ ਗਾਇਬੀ ਹੋ ਸਕਦਾ ਪਟਵੀ ਸਕਦਾ ਕੀ ਪਹਿਲਾਂ ਕੋਈ ਇਹੋ ਜਿਹਾ ਪ੍ਰੀਕਾਸ਼ਨ ਲਿਆ ਗਿਆ ਕਿ ਇਹ ਖਬਰ ਰਿਸ਼ਰ ਕਰਨ ਤੋਂ ਪਹਿਲਾਂ ਪਹਿਲਾਂ ਉਹਨੂੰ ਕਿਸੇ ਤਰੀਕੇ ਨਾਲ ਨਿਗਰ ਰੱਖੀ ਜਾਂਦੀ ਕੋਈ ਪ੍ਰੀਕਾਸ਼ਨ ਲਏ ਜਾਂਦੇ अंडरग्राउंड ना हो सकता कानून दिया नज़रों तो बच के लोग ना चाहता या देश के ना चलिया जाता योजे बहुत सारे अफसर ने सर्विंग और रिटायर्ड जिन्होंने बहुत सारे लोगों ने पी आर लैके रखी हुई है वो हर डिपार्टमेंट के ने खाली पुलिस के नहीं आई पी एस आई पी एस भी ने आई एस भी ने पी पी एस भी ने पी सी एस भी ने ਅੰਗਰੇਜ਼ ਨੇ ਡਾਕਟਰ ਨੇ ਹਰ ਕਿਸਮ ਦੇ ਸਰਕਾਰੀ ਮਲਾਜ਼ਮਾਂ ਨੇ ਬਹੁਤ ਸਾਰੇ ਲੋਕਾਂ ਨੇ ਬਾਹਰਲੇ ਦੇਸ਼ਾਂ ਦੀ ਪੀਆਰ ਲੈ ਕੇ ਰੱਖੀ ਹੋਈ ਹੈ ਜਦੋਂ ਇਥੋਂ ਪੈਨਸ਼ਨਾਂ ਵੀ ਲਈ ਜਾਂਦੇ ਆ ਪੰਜਾਬ ਸਰਕਾਰ ਦੀਆਂ ਰਿਟਾਇਰ ਹੋਏ ਤੇ ਉਥੇ ਪੀਆਰ ਤੇ ਰਹਿ ਕੇ ਉਮਰ ਦੇ ਹਿਸਾਬ ਨਾਲ ਉਧਰੋਂ ਵੀ ਪੈਨਸ਼ਨਾਂ ਲਈ ਜਾਂਦੇ ਆ ਕਈ ਦੇਸ਼ਾਂ ਦੀ ਪੈਨਸ਼ਨ ਮਿਲਦੀ ਹੈ ਇਹਦੇ ਹਿਸਾਬ ਨਾਲ ਕਿ ਇਹ ਡਬਲ ਕਮਾਈ ਕਰੀ ਜਾ ਰਹੇ ਨੇ ਔਰ ਕਈ ਲੋਕਾਂ ਨੇ ਬੀਇੰਗ ਐਂਡ ਸਰਵਿਸ ਟੂ ਅਜੀ ਵੀ ਸਰਵਿਸ ਨੇ ਉਹਨਾਂ ਨੇ ਵੀ ਪੀਆਰ ਲੈ ਕੇ ਰੱਖੀ ਹੋਈ ਹੈ ਪੰਜਾਬ ਸਰਕਾਰ ਨੇ ਕੋਈ ਇਹੋ ਜਿਹਾ ਕਦਮ ਨਹੀਂ ਚੱਕਿਆ ਕਿ ਸਾਰੇ ਅਫਸਰਾਂ ਤੋਂ ਐਪੀ ਡੈਬਟ ਲੈ ਕੇ ਰਾਉਂਡ ਪੂਰੇ ਮਲਾਜ਼ਮਾਂ ਤੋਂ ਸਾਰੇ ਪੰਜਾਬ ਦੇ ਕਿ ਜਿਨ੍ਹਾਂ ਜਿਨ੍ਹਾਂ ਨੇ ਪੀਆਰ ਲਈ ਹੈ ਉਹ ਨੋਟੀਫਾਈ ਕਰੋ ਨਹੀਂ ਤਾਂ ਜਦੋਂ ਸਾਨੂੰ ਪਤਾ ਲੱਗਿਆ ਤੁਹਾਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਊਗਾ ਕੋਈ ਇਸ ਕਿਸਮ ਦਾ ਐਕਸ਼ਨ ਸਰਕਾਰ ਨੂੰ ਲੈਣਾ ਚਾਹੀਦਾ ਹੈ ਉਸ ਤੋਂ ਬਾਅਦ ਡਰਾਗੋ ਕੁਟਾਰੇ ਚ ਸ਼ਾਮਲ ਲੋਕਾਂ ਬਾਰੇ ਇਹ ਵੀ ਸਾਰੇ ਨੂੰ ਪਤਾ ਕਿ ਉਹਨਾਂ ਦੀ ਪ੍ਰਾਪਰਟੀ ਹਿੰਦੁਸਤਾਨ ਚ ਨਾ ਪੰਜਾਬ ਚ ਉਹ ਨਹੀਂ ਨਹੀਂ ਜਿੰਨੀ ਬਾਹਰ ਬਣਾ ਕੇ ਰੱਖੀ ਹੋਈ ਹੈ ਮੈਂ ਜਦੋਂ بڑے ਲੋਕਾਂ ਨਾਲ ਗੱਲ ਹੁੰਦੀ ਹੈ ਅੰਦਰ ਦੇ ਲੋਕ ਵੀ ਦੱਸਦੇ ਨੇ ਬਾਹਰਲੇ ਲੋਕ ਵੀ ਦੱਸਦੇ ਆ ਕਿ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਬਾਹਰ ਬਣਾ ਕੇ ਰੱਖੀਆਂ ਹੋਈਆਂ ਕਿ ਇਤੋਂ ਤੁਸੀਂ ਕੁਰਖ ਵੀ ਕਰ ਲੋਗੇ ਮਤਾਂ ਪਾ ਜਲਦਾ ਉਹ ਕੋ ਬਾਹਰ ਸਾਰਾ ਕੁਝ ਹੈਗਾ ਉਹ ਤੇ ਰੋਗ ਉਹ ਵਾਪਸ ਕਿਉਂ ਆਊਗਾ। ਔਰ ਜਿਹੜੇ ਕਾਨੂੰਨ ਦੇ ਜਾਣਕਾਰ ਨੇ ਜਿਹੜੇ ਲਾਅ ਮੇਕਰਸ ਨੇ ਬਿਊਰੋਕ੍ਰੇਟਸ ਦੇ। ਉਹਨਾਂ ਨੂੰ ਕਾਨੂੰਨ ਨੂੰ ਬਣਾਉਣਾ ਵੀ ਆਉਂਦਾ, ਤੋੜਨਾ ਵੀ ਆਉਂਦਾ। ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਇਹ ਚੱਕਰ ਵੀ ਉਹ ਚੋਂ ਨਿਕਲਣਾ ਕਿਵੇਂ ਹੈ। ਲੋਕਾਂ ਵਾਲੇ ਚੱਕਰ ਵੀ ਉਹ ਹੈ। ਉਹਨਾਂ ਲਈ ਆਪਣਾ ਇੱਕ ਰਸਤਾ ਰੱਖ ਲੈਂਦੇ ਆ ਕਿ ਨਿਕਲਣਾ ਕਿਵੇਂ ਹੈ। ਇਸ ਕਰਕੇ ਜਿਹੜੀ 체ਨ ਹੁੰਦੀ ਹੈ ਪੂਰੀ ਉਹ ਕਦੇ ਟੁੱਟਦੀ ਨਹੀਂ ਇਧਰ ਜੀਤ ਸਿੰਘ ਅਨ ਇੰਸਪੈਕਟਰ ਹਾਲਡਰ ਇੰਸਪੈਕਟਰ ਉਹ ਦੂਆ ਦੇ ਕੇਨ ਚਲਦੀ ਚਲਦੀ ਰਾਜਜੀਤ ਸਿੰਘ ਤਾਂ ਜਾਂਦੀ ਹੈ ਐਫਆਈਆ ਦੀਆਂ ਰਿਪੋਰਟਾਂ ਦੇ ਮਤਲਬ ਜੋ ਹਾਈ ਕੋਰਟ ਨੇ ਖੋਲੀਆਂ ਉਹਦੇ ਮਤਲਬਕ ਦੋ ਸਾਥ ਕੱਢੀ ਜੀਪੀ ਤਿੰਨ ਦਾ ਬਲਕੇ ਨਾ ਬਹੁਤਾ ਉਹਨਾਂ ਚੌਥੇ ਦਾ ਵੀ ਆ ਗਿਆ ਇਹ ਵੀ ਆਈਆਂ ਖਬਰਾਂ ਅਰੋਨਾਲਡ ਹੋਰ ਅਫਸਰ ਵੀ ਇਨਵਾਲਵ ਹੋਣਗੇ ਇਹ ਤਾਂ ਹੈ ਨਹੀਂ ਕਿ ਜਿੰਨੀ ਕਮਾਈ ਇੰਦਰਜੀਤ ਸਿੰਘ ਨੇ ਕੀਤੀ ਉਹਦਾ ਬੜਦਾ ਹਿੱਸਾ ਉਹਨੇ ਰਾਜਜੀਤ ਸਿੰਘ ਨੂੰ ਦਿੱਤਾ ਤੇ ਰਾਜਜੀਤ ਸਿੰਘ ਨੇ ਉੱਪਰ ਵਾਲੇ ਨੂੰ ਕੁਝ ਨਾ ਦਿੱਤਾ ਹੋਵੇ ਜਾਂ ਹੋਰ ਵੀ ਇਹ ਜਿੰਨੇ ਕੇਸ ਨੇ ਤੇ ਆਗਜ਼ੈਂਪਲ ਦੇ ਰਹੇ ਆ ਆਪਾਂ ਕਿਉਂਕਿ ਇਹ ਸਭ ਦੇ ਸਾਹਮਣੇ ਆ ਉਹ ਉਹਦੀ ਜਾਣਕਾਰੀ ਕਦੋਂ ਫੌਲਕ ਦੇ ਸਾਹਮਣੇ ਆਏਗੀ ਕਦੋਂ ਦੱਛਣਗੇ ਸਿੰਘ ਸਾਹਿਬ ਜਾਂ ਵਿਜੀਲੈਂਸ ਵਿਭਾਗ ਹੁਣ ਇਹ ਸੂਤਰਾ ਤੋਂ ਪਤਾ ਲੱਗਦਾ ਆ ਰਿਹਾ ਹੈ ਕਿ ਪੰਜਾਬ ਦੇ ਐਕਟਿੰਗ ਡੀਜੀਪੀ ਉਹਨਾਂ ਨੇ ਇੱਕ ਰਿਪੋਰਟ ਸੀਐਮ ਨੂੰ ਦੇਤੀ ਜਿਹੜੀ ਸੀਐਮ ਨੇ ਉਹਨਾਂ ਤੋਂ ਮੰਗੀ ਸੀ 48 ਘੰਟੇ ਦੇ ਅੰਤਰੰਤਰ ਲੇਟ ਦਿੱਤੀ ਉਹਨਾਂ ਨੇ ਪਰ ਦੇ ਦਿੱਤੀ ਉਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਸੀਐਮ ਸਾਹਿਬ ਨੇ ਇਨਫੋਰਮੇਸ਼ਨ ਮੰਗੀ ਸੀ ਕਿ ਕਿਹੜੇ ਕਿਹੜੇ ਆਪਸਰਾਂ ਨੇ ਇੰਦਰਜੀਤ ਸਿੰਘ ਦੀ ਬਦਲੀ ਰਾਜੀਤ ਸਿੰਘ ਦੇ ਨਾਲ ਨਾਲ ਲਾਉਣ ਲਈ ਆਰਡਰ ਦਿੱਤੇ ਰਿਕਮੈਂਡੇਸ਼ਨ ਤਾਂ ਆਰਜੀਤ ਸਿੰਘ ਦੀ ਸੀ ਕਿਹੜੇ ਡੀਜੀ ਨੇ ਜੜੀ ਚਲੜੀ ਜੀ ਨੇ ਦਾ ਕਿਹੜੇ ਆਜੀ ਨੇ ਉਹ ਰਿਕਮੈਂਡੇਸ਼ਨ ਮੰਨਦੇ ਹੋਏ ਇੰਦਰਜੀਤ ਸਿੰਘ ਨੂੰ ਬਾਰ-ਬਾਰ ਰਾਜਜੀਤ ਸਿੰਘ ਨਾਲ ਲਗਾ ਦਿੱਤਾ ਜਾਂ ਇਸ ਤੋਂ ਪਹਿਲਾਂ ਜਿਹੜੇ ਹੋਰ ਅਫਸਰਾਂ ਨਾ ਰਿਹਾ ਉਹ ਜਿਹੜੇ ਹੋਰ ਦੋ ਪੀਪੀਐਸਐਸਪੀ ਰੈਕਟੇ ਅਫਸਰ ਇੱਕ ਹੋਰ ਆਈਪੀਐਸ ਅਫਸਰ ਜਿਹੜੇ ਦਿੱਲੀ ਦੇ ਫਿਊਟੇਸ਼ਨ ਤੇ ਨੇ ਇਹਨਾਂ ਸਾਰਿਆਂ ਨੇ ਕਿਉਂ ਇੰਦਰਜੀਤ ਸਿੰਘ ਦੀ ਰეკਮੈਂਡੇਸ਼ਨ ਕੀਤੀ ਤੇ ਸੀਨੀਅਰ ਅਫਸਰਾਂ ਨੇ ਕਿਉਂ ਉਹ ਰਿਪਰੈਜ਼ੈਂਟੇਸ਼ਨ ਮੰਨ ਕੇ ਰეკਮੈਂਡੇਸ਼ਨ ਮੰਨ ਕੇ ਉਹਨੂੰ ਇਹਨਾਂ ਦੇ ਨਾਲ ਲਾਇਆ ਹੁਣ ਡੀਜੀਪੀ ਸਾਹਿਬ ਨੇ ਐਕਟਿੰਗ ਡੀਜੀਪੀ ਸਾਹਿਬ ਨੇ ਆਪਣੀ ਰਿਪੋਰਟ ਲਿਖਿਆ ਕਿ ਇਹੋ ਜਿਹੇ ਆਰਡਰ ਜਿਹੜੇ ਵੀ ਡੀਜੀਪੀ ਨੇ ਕੀਤੇ ਆ ਉਹਨਾਂ ਦਾ ਕੋਈ ਰਿਕਾਰਡ ਨਹੀਂ ਮਤਲਬ ਜ਼ਬਾਨੀ ਤੌਰ ਤੇ ਕਹਿ ਦਿੱਤਾ ਗਿਆ ਕਿ ਠੀਕ ਹੈ ਰੁਜੀਤ ਪਾਰਸ਼ ਕੀਤੀ ਹੈ ਆਪਣੇ ਆਈਜੀ ਨੂੰ ਕਹਿਤਾ ਆਈਜੀ ਨੇ ਥੱਲੇ ਆਪਣੇ ਐਡਮਿਨਿਸਟ੍ਰੇਸ਼ਨ ਬ੍ਰਾਂਚ ਨੂੰ ਕਹਿਤਾ ਕਿ ਇਹ ਬੰਦੇ ਨੂੰ ਰਾਜਨੀਤਿਕ ਨਾ ਲਾ ਦਿਓ ਉਹਨਾਂ ਨੇ ਲਾਤਾ ਹੁਣ ਇਹ ਪੰਜਾਬ ਪੁਲਿਸ 'ਚ ਬੜਾ ਵੱਡਾ ਸਕੈਂਡਲ ਚੱਲ ਰਿਹਾ ਆਉਣ ਵਾਲੇ ਦਿਨਾਂ 'ਚ ਉਹਦਾ ਖੁਲਾਸਾ ਵੀ ਕਰਾਂਗੇ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਇੱਕ ਬਹੁਤ ਵੱਡੀ ਗਿਣਤੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਨੌਕਰੀ ਕਿਤੇ ਕਰਦੀ ਹੈ ਤਨਖਾਹ ਕਿੰਨਾ ਲੈਂਦੀ ਹੈ ਮਸਲਨ ਅਰਜ ਕਰੋ ਇੱਕ ਹੌਲਦਾਰ ਦੀ ਪੋਸਟਿੰਗ ਲੁਧਿਆਣਾ ਸਿਟੀ ਚ ਥਾਣਾ ਸਾਦਰ ਚ ਉਹਨੂੰ ਕਿਥੇ ਐਸਪੀ ਨਾਲ ਦੀ ਬਹੁਤ ੱੱਕੀ ਬਣਦੀ ਹੈ ਜਾਂ ਆਈਜੀ ਨਾਲ ਬਹੁਤ ੱੱਕੀ ਬਣਦੀ ਹੈ ਆਈਜੀ ਆਪਣੇ ਲੈਵਲ ਤੇ ਉਸ ਬੰਦੇ ਨੂੰ ਆਪਣੇ ਨਾਲ ਰਵਾ ਲੈਂਦਾ ਇਹ ਬੰਦਾ ਮੇਰੇ ਨਾਲ ਕੰਮ ਕਰੂਗਾ ਮੇਰੇ ਦਫਤਰ ਚ ਕੰਮ ਕਰੂਗਾ ਜੋ ਵੀ ਹੈ ਉਹ ਨੌਕਰੀ ਦਾ ਕਰਦਾ ਆਈਜੀ ਨਾਲ ਤਰਖਾ ਲੈਂਦਾ ਲੁਧਿਆਣੇ ਤੋਂ ਕਈ ਬੰਦੇ ਨੌਕਰੀਆਂ ਕਰ ਰਹੇ ਨੇ ਅਬਰ ਸਰ ਤਨਖਾਹ ਲੈ ਰਹੇ ਨੇ ਰੋਪੜ ਤੋਂ ਜਾਂ ਨੌਕਰੀਆਂ ਕਰ ਰਹੇ ਨੇ ਡੀਜੀਓਫਿਸ ਤਨਖਾਹ ਲੈ ਰਹੇ ਆ ਧਰਨਤਾਰਨ ਤੋਂ ਇਹ ਬੜਾ ਲੰਬਾ ਚੌੜਾ ਇੱਕ ਖੇਲ ਚੱਲ ਰਿਹਾ ਛੋਟੇ ਲੈਵਲ ਤੇ ਬਹੁਤ ਚੱਲ ਰਿਹਾ ਇਹ ਕਈ ਛਾਰੇ ਆਈਪੀਐਸ ਆਈਐਸ ਆਫਸਰ ਇਹਨਾਂ ਨੇ ਆਪਣੇ ਘਰਾਂ ਚ ਕੰਮ ਕਰਨ ਲਈ ਚਾਰ ਚਾਰ ਪੰਜ ਚਾਰ ਬੰਦੇ ਇਹੋ ਜਿਹੇ ਰੱਖੇ ਆ ਉਹ ਜਿੱਥੇ ਵੀ ਜਾਂਦੇ ਆ ਬੰਦੇ ਨਾਲ ਹੀ ਜਾਂਦੇ ਆ ਅਸਲ ਜਣਾ ਦੇ ਪੋਸਟ ਕਿਤੇ ਹੋਰ ਹੁੰਦੀ ਹੈ ਤਨਖਾਹ ਕਿਤੇ ਹੋਰ ਮਿਲਦੀ ਹੈ ਲੇਕਿਨ ਕੰਮ ਕਿਤੇ ਹੋਰ ਕਰਦੇ ਨੇ ਇਹ ਬੜਾ ਹੋਰਖ ਧੰਦਾ ਚੱਲ ਰਿਹਾ ਇਹਦੀ ਵੀ ਇੱਕ ਬੜੀ ਇਨਕੁਆਰੀ ਬਣਾ ਹੋਣੀ ਚਾਹੀਦੀ ਆ ਕੋਈ ਪੜਤਾਲ ਹੋਣੀ ਚਾਹੀਦੀ ਔਰ ਜਿਹੜਾ ਨਵੀਂ ਕਲੀਨ ਕਿਟ ਐਕਟਿੰਗ ਡੀਜੀਪੀ ਸਾਹਿਬ ਨੇ ਪੁਰਾਣੇ ਡੀਜੀਪੀ ਚ ਨੂੰ ਦੇ ਦਿੱਤੀ ਉਸ ਤੋਂ ਬਾਅਦ ਤੁਸੀਂ ਕੀ ਆਸ਼ਾ ਕਰ ਸਕਦੇ ਹੋ ਕਿ ਡਰੱਗ ਦਾ ਰੈਕਟ ਨਕਸਰ ਕਦਿ ਖੋਲ ਕੇ ਸਾਹਮਣੇ ਆਊਗਾ ਜਾਂ ਨਹੀਂ ਆਊਗਾ ਅਸੀਂ ਜਦੋਂ ਪਹਿਲਾਂ ਇੱਕ ਰਿਪੋਰਟ ਕੇਸ ਕਰਦਾ ਜ਼ਿਕਰ ਕੀਤਾ ਸੀ ਕਿ ਕਲੀਨ ਕਿਟ ਦੇਤੀ ਸਾਰਿਆਂ ਨੂੰ ਕੁਝ ਲੋਕਾਂ ਨੇ ਤੇ ਇਤਰਾਜ਼ ਕੀਤਾ ਸੀ ਕਿ ਕਲੀਨ ਕਿਟ ਨਹੀਂ ਦਿੱਤੀ ਗਈ ਲੋਕਾਂ ਤੇ ਐਕਸ਼ਨ ਹੋ ਰਿਹਾ ਐਕਸ਼ਨ ਤਾਂ ਇੱਕ ਬੰਦੇ ਤੇ ਹੋਇਆ ਕੇਸ ਤਾਂ ਪਹਿਲੇ ਰਜਿਸਟਰਡ ਸੀ ਕਲੀ ਐਕਸ਼ਨ ਰੁਕਿਆ ਹੋਇਆ ਸੀ ਨਵਾਂ ਐਕਸ਼ਨ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੀ ਅੱਗੇ ਨੈਕਸਸ ਦੀ ਪਾਰ ਟੂਰਨੀ ਸੀ ਜੁੜਨੀ ਸੀ ਉਹ ਤਾਂ ਫੇਰ ਡੀਜੀਪੀ ਸਾਹਿਬ ਨੇ ਰਿਪੋਰਟ ਬੰਦ ਕਰਤੀ ਨੈਲ ਰਿਪੋਰਟ ਫਾਈਲ ਕਰਤੀ ਕਿ ਕਿਸੇ ਦਾ ਕੋਈ ਰੋਲ ਨਹੀਂ ਹੈ ਕਿਸੇ ਨੇ ਇਹਦੀਆਂ ਸਿਫਾਰਸ਼ਾਂ ਹੀ ਨਹੀਂ ਕੀਤੀਆਂ ਇਹਨੂੰ ਦੂਜੀ ਆਫਤਰਾ ਨਾਲ ਲਾਉਣ ਲਈ ਸਾਰਾ ਕੁਝ ਮੂਹਰਬਾਨੀ ਹੋ ਗਿਆ ਅ ਰਾਈਟ ਹੈ ਕੁਝ ਨਹੀਂ ਹੈ ਸੋ ਦੋਸਤੋ ਇਹ ਬੜੇ ਗੋਰਖ ਧਡੇ ਚੱਲ ਰਹੇ ਕੋਈ ਵੀ ਇਹਨਾਂ ਸਿਹਰਦ ਨਹੀਂ ਲੱਗਦਾ ਜਿਹੜਾ ਪੂਰੀ ਹੈ ਇਮਾਨਦਾਰੀ ਨਾਲ ਇਸ ਰੈਕਡ ਨੂੰ ਵਕਤ ਕਰਨ ਦੀ ਕੋਸ਼ਿਸ਼ ਕਰੇ ਤਿਆਰ ਰੱਖਦਾ ਹੋਵੇ ਹਿੰਮਤ ਰੱਖਦਾ ਹੋਵੇ ਹੁਣ ਅਡੀਸ਼ਨਲ ਡੀਜੀਪੀ ਦੀ ਰਿਪੋਰਟ ਸੀਐਮ ਦੇ ਟੇਬਲ ਤੇ ਪਈ ਆ ਇਹ ਕਿਹਾ ਜਾਂਦਾ ਲੇਕਿਨ ਸੀਐਮ ਸਾਹਿਬ ਜ਼ਿਲंधर ਦੀ ਇਲਕਸੇ ਚ ਬਿਜ਼ੀ ਨਹੀਂ ਕਰਨਾਟਕਾ ਦੀ ਇਲਕਸੇ ਚ ਬਿਜ਼ੀ ਨੇ ਜਦੋਂ ਕਦੇ ਆਉਣਗੇ ਆਪਣੇ ਦਫ਼ਤਰ ਜਾਣਗੇ ਟੇਬਲ ਤੇ ਰਿਪੋਰਟ ਦੇਖਣਗੇ ਕੀ ਆਰਡਰ ਦਿੰਦੇ ਆ ਉਹ ਦੇਖਣ ਵਾਲੀ ਗੱਲ ਹੋਏਗੀ ਸਦੋਂ ਤੂੰ ਆਉਣ ਵਾਲੇ ਦਿਨਾਂ ਕਿਸੇ ਕਿਸਮ ਦੀਆਂ ਖਬਰਾਂ ਲੈ ਕੇ ਫੇਰ ਆਦਰ ਹੋਵਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ